ਹੁਸ਼ਿਆਰਪੁਰ ਦੀ ਵਿਜੀਲੈਂਸ ਟੀਮ ਵੱਲੋਂ ਛਾਪਾ ਮਾਰ ਕੇ ਏਐਸਆਈ ਨੂੰ 4000 ਰੁਪਈਆ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ। ਇਹ ਮੈਟਰ ਦੀਪਕ ਨਖਵਾਲ ਸਾਡਾ ਕੰਪਲੇਨੈਂਟ ਹੈ ਇੱਥੇ ਹੁਸ਼ਿਆਰਪੁਰ ਕਮੇਟੀ ਮਹੱਲੇ ਦਾ ਰਹਿਣ ਵਾਲਾ। ਉਹਦੇ ਕੋਲ ਇੱਕ ਲਾਟਰੀ ਦੀ ਉਹ ਲਾਟਰੀ ਦਾ ਕੰਮ ਕਰਦਾ ਅਤੇ ਲਾਟਰੀਆਂ ਦੀ ਦੁਕਾਨ 'ਤੇ ਇੱਕ ਕਿਸ਼ਨ ਕੁਮਾਰ ਇਲੀਅਸ ਗਗਨ ਜਿਹੜਾ ਨਾਂ ਦਾ ਮੁੰਡਾ ਉਹਦੀ ਦੁਕਾਨ 'ਤੇ ਕੰਮ ਕਰਦਾ ਸੀ। ਹੁਣ 1-8 ਤੋਂ ਉਹਦੀ ਲਾਟਰੀ ਦੁਕਾਨ ਜਿਹੜੀ ਬੰਦ ਪਈ ਆ ਅਤੇ 2-9 ਨੂੰ ਜਿਹੜਾ ਆ 20 ਨੂੰ ਇਹ ਜਿਹੜਾ ਕਿਸ਼ਨ ਕੁਮਾਰ ਗਗਨ ਹੈ ਉਹਦੀ ਦੁਕਾਨ ਦੇ ਬਾਹਰ ਬੈਠਾ ਸੀਗਾ ਅਤੇ ASI ਦਵਿੰਦਰ ਕੁਮਾਰ ਥਾਣਾ ਸਿਟੀ ਹੁਸ਼ਿਆਰਪੁਰ ਤੋਂ ਪੋਸਟਡ ਜਿਹੜਾ ਉਹਨੂੰ ਫੜ ਕੇ ਲੈ ਗਿਆ ਅਤੇ ਉਹਦੇ ਖਿਲਾਫ਼ ਜਿਹੜਾ ਉੱਥੇ ਜਾ ਕੇ ਇੱਕ ਮੁਕੱਦਮਾ ਦਰਜ ਕੀਤਾ। 235 ਨੰਬਰ FIR ਹੈਗੀ ਆ 2-9 ਦੀ ਥਾਣਾ ਸਿਟੀ ਦੀ। ਉਹਦੇ ਖਿਲਾਫ਼ ਜਿਹੜਾ ਅੱਜ ਜਿਹੜਾ ਚਲਾਨ ਅਦਾਲਤ ਵਿੱਚ ਇਹਨੇ ਦੇਣਾ ਸੀਗਾ ਦੋਸ਼ੀ ਦੇ ਖਿਲਾਫ਼, ਅਤੇ ਉਹਦੇ ਜਿਹੜਾ ਇੱਕ ਤਫਤੀਸ਼ ਤੋਂ ਅਲੱਗ ਡਰਾ ਧਮਕਾ ਕੇ ਉਹਦੇ ਕੋਲੋਂ 4000 ਰੁਪਈਏ ਦੀ ਮੰਗ ਕਰ ਰਿਹਾ ਸੀਗਾ ਕਿ ਨਹੀਂ ਤਾਂ ਤੇਰਾ ਵੀ ਜਿਹੜਾ ਮੁਕੱਦਮੇ 'ਚ ਨਾ ਪਾਊਂਗਾ। ਜਿਹੜਾ ਉਹਦੇ ਕੋਲੋਂ 4000 ਰੁਪਈਏ ਦੀ ਰਿਸ਼ਵਤ ਦੀ ਮੰਗ ਕੀਤੀ, ਉਹਨੇ ਸਾਨੂੰ ਆ ਕੇ ਕੰਪਲੇਂਟ ਕੀਤੀ ਹੈ। ਉਹਦੀ ਕੰਪਲੇਂਟ 'ਤੇ ਅਸੀਂ ਕਾਰਵਾਈ ਕਰਦੇ ਹੋਏ ਦਵਿੰਦਰ ASI ਨੂੰ ਜਿਹੜਾ ਰੰਗੇ ਹੱਥੀ 4000 ਰੁਪਏ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਹੈ। ਇਹ ਸਰਕਾਰੀ ਗਵਾਹ ਸਾਡੀ ਇੱਕ ਜਲੰਧਰ ਤੋਂ ਟੀਮ ਆਈ ਆ ਸਰ ਸਭ ਦਾ SSP ਸਾਹਿਬ ਇੰਸਪੈਕਟਰ ਰਾਜਵਿੰਦਰ ਕੌਰ ਦੇ ਨਾਲ ਜਿਹੜੇ ਉੱਥੋਂ ਜਲੰਧਰ ਤੋਂ ਆਏ ਆ। ਫਰਦਰ ਇਹਦੇ 'ਤੇ ਮੁਕੱਦਮਾ ਦਰਜ ਕਰਕੇ ਅਸੀਂ ਜਿਹੜੀ ਆ ਤਫਤੀਸ਼ ਕਰ ਰਹੇ ਹਾਂ। ਬਰਾਮਦਗੀ ਜਿਹੜੀ ਆ 4000 ਰੁਪਈਏ ਦੀ ਜਿਹੜੀ ਆ ਮੌਕੇ 'ਤੇ ਹੋ ਗਈ ਆ, ਬਾਕੀ ਇਹ ਜਿਹੜੀ ਸਾਡੀ ਤਫਤੀਸ਼ ਜਾਰੀ ਆ। ਇਹ ਕਚਹਿਰੀ ਦੇ ਅੰਦਰ ਨਹੀਂ, ਇਹਨੇ ਇਹਦੀ ਆਪਣੀ ਮੰਗ ਹੈਗੀ ਆ, ਦਵਿੰਦਰ ASI ਦੀ ਮੰਗ ਹੈਗੀ ਅਤੇ ਦਵਿੰਦਰ ASI ਨੇ ਅਸੀਂ ਜਿਹੜਾ ਰੰਗੇ ਹੱਥੀ ਫੜਿਆ ਗਿਆ ਰਿਸ਼ਵਤ ਲੈਂਦੇ 4000। ਅਜੇ ਤਫਤੀਸ਼ ਚੱਲ ਰਹੀ ਹੈ, ਜੇ ਕੋਈ ਅਜੇ ਤਾਈਂ ਤਾਂ ਨਹੀਂ ਕੋਈ ਵੀ ਆਇਆ ਸਾਡੇ ਕੋਲ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਨਹੀਂ ਸਾਥੀ ਸਰ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਕਾਬੂ ਕਰ ਲਿਆ ਮੌਕੇ 'ਤੇ ਰੰਗੇ ਹੱਥੀ। ਹਾਂਜੀ ਨਹੀਂ ਭੱਜਣ ਦਾ ਮੌਕਾ ਨਹੀਂ ਅਸੀਂ ਦਿੰਦੇ, ਬਿਜਨਸ ਭੱਜਣ ਦਾ ਮੌਕਾ ਨਹੀਂ ਹੁੰਦੀ, ਕੋਸ਼ਿਸ਼ ਹਰ ਕੋਈ ਕਰਦਾ। ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹਦੇ ਵਿੱਚ ਜਿਹੜਾ ਦੱਸਾਂਗੇ ਜੋ ਕੋਈ ਆਇਆ।